ਪੰਜਾਬ ਚ ਲੁਧਿਆਣਾ ਦੀ ਫਾਈਟ ਸਭ ਤੋਂ ਜ਼ਿਆਦਾ ਇੰਟਰਸਟਿੰਗ ਬਣੀ ਹੋਈ ਹੈ। ਇਸ ਵਾਰ ਲੁਧਿਆਣਾ ਦੇ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਫਤਵਾ ਜਾਰੀ ਕੀਤਾ ਹੈ ਜਾਣਨ ਦੇ ਲਈ ਇਸ ਵੇਲੇ ਲੁਧਿਆਣਾ ਦੇ ਘੰਟਾਘਰ ਚੌਂਕ ਦੇ ਵਿੱਚ ਅਸੀਂ ਮੌਜੂਦ ਹਾਂ। ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਰਵਨੀਤ ਸਿੰਘ ਬਿੱਟੂ ਇੱਕ ਵਾਰ ਫਿਰ ਜਿੱਤਣਗੇ ਕੱਲ ਜਾਂ ਫਿਰ ਰਾਜਾ ਵੜਿੰਗ ਜਿੱਤਣਗੇ, ਕਿਉਂਕਿ ਫੈਸਲਾ ਲੋਕਾਂ ਨੇ ਕਰ ਦਿੱਤਾ। ਰਾਜਾ ਵੜਿੰਗ ਨੇ ਵੀ ਪੂਰੀ ਵਾਹ ਲਗਾ ਦਿੱਤੀ ਹੈ। ਔਰ ਕੀ ਪੱਪੀ ਪਰਾਸ਼ਰ ਆਮ ਆਦਮੀ ਪਾਰਟੀ ਤੋਂ ਜਿੱਤਣਗੇ ਜਾਂ ਫਿਰ ਅਕਾਲੀ ਦਲ ਬਾਜੀ ਮਾਰੇਗਾ, ਫੈਸਲਾ ਲੋਕੀ ਕਰ ਚੁੱਕੇ ਨੇ। ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਇਸ ਵਾਰ ਕਿਹਨੂੰ ਜਿਤਾ ਰਹੇ ਹੋ, ਕੌਣ ਜਿੱਤ ਰਿਹਾ। ਆਓ ਚੱਲਦੇ ਹਾਂ। ਬਾਈ ਜੀ ਕੀ ਹਾਲ ਹੈ, ਸਤਿ ਸ਼੍ਰੀ ਅਕਾਲ। ਲਾਟਰੀਆਂ ਵਿਕ ਰਹੀਆਂ? ਬਿਲਕੁਲ ਜੀ। ਇਸ ਵਾਰ ਕਹਿੰਦੀ ਲਾਟਰੀ ਕੱਢ ਰਹੇ ਹੋ? ਸਰਕਾਰ ਦੇਖੋ ਹੁਣ ਜਿਹੜੀ ਪਰਚੀ ਹੈ ਮਸ਼ੀਨ ਘੁੰਮ ਗਈ, ਇੱਥੇ ਮੁਕੱਦਰ ਦੀ ਗੱਲ ਹੈਗੀ ਹੈ, ਕਿਸਮਾਂ ਖੁੱਲ ਗਈ। ਇੱਕ ਪਾਸੇ ਰਾਜਾ ਵੜਿੰਗ, ਦੂਜੇ ਪਾਸੇ ਰਵਨੀਤ ਬਿੱਟੂ, ਪੱਪੀ ਪਰਾਸ਼ਰ ਵੀ ਸੀ। ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਇਸ ਵਾਰ ਜੀ ਬੀਜੇਪੀ ਸਰਕਾਰ, ਬੀਜੇਪੀ ਲੱਗ ਰਹੀ ਹੈ। ਕੀ ਲੱਗਦਾ ਐਤਕੀ ਫਿਰ ਵੀ ਕਾਂਗਰਸ ਦੀ ਚਾਂਸ ਹੀ ਹੈ? ਇਹ ਕਹਿੰਦੇ ਕਿ ਕਾਂਗਰਸ ਦੇ ਚਾਂਸ ਹੈ। ਦੇਖੋ ਜੀ, ਜਿੱਤਾ ਆਪਣਾ ਮਾਹੌਲ ਸਦਸਿਆਂ ਨਾਲ, ਵੋਟਿੰਗ ਹਿਸਾਬ ਨਾਲ, ਉਸ ਹਿਸਾਬ ਨਾਲ ਕੋਈ ਜਿੱਤੂਗਾ। ਠੀਕ ਹੈ, ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਲਾਟਰੀ ਵਾਲੀ ਦੁਕਾਨ ਤੇ ਤੁਹਾਡੀ ਲਾਟਰੀ ਤੋਂ ਕਹਿੰਦੇ 50 ਲੱਖ ਰੁਪਏ ਨਿਕਲੇ ਸੀਗੇ, ਕਿਵੇਂ ਠੀਕ ਹੋ? ਠੀਕ ਹੋ, 50 ਲੱਖ ਰੁਪਏ ਕਿਸੇ ਦੀ ਲਾਟਰੀ ਨਿਕਲੀ ਸੀ? ਹਾਂਜੀ, ਇਨਾਮ ਤਾਂ ਕਾਫੀ ਲੱਗੇ ਨੇ। ਅੱਛਾ, ਇਸ ਵਾਰ ਲੁਧਿਆਣੇ ਚ ਕਿੰਦੀ ਲਾਟਰੀ ਕੱਢ ਰਹੇ ਹੋ? ਲੁਧਿਆਣੇ ਵਿੱਚ ਮੇਨ ਰਾਜਾ ਦੇ ਬਿੱਟੂ ਦੇ ਵਿੱਚ ਟੱਕਰ ਹੈਗੀ ਹੈ। ਕੌਣ ਜਿੱਤੇਗਾ? ਕੁਛ ਅੰਦਾਜ਼ਾ ਨਹੀਂ ਲਗਾ ਸਕਦੇ, ਮਤਲਬ ਕਿ ਕੋਈ ਵੀ ਜਿੱਤ ਸਕਦਾ ਹੈ। ਕੀ ਲੱਗਦਾ ਬਾਈ ਕੌਣ ਜਿੱਤੇਗਾ? ਬਿੱਟੂ ਤਾਂ ਪਤਾ ਨੀ, ਕਾਂਗਰਸ ਬੀਜੇਪੀ ਹੈ, ਮੈਨੂੰ ਤਾਂ ਕਾਂਗਰਸ ਹੀ ਜਿੱਤੂਗੀ। ਕੀ ਲੱਗਦਾ ਬਾਈ ਇਸ ਵਾਰ ਕੌਣ ਜਿੱਤੇਗਾ? ਲਾਟਰੀ ਵੇਚ ਰਹੇ ਹੋ, ਕਿੰਨੀਆਂ ਵੇਚੀਆਂ? ਫੋਨ ਵਰਤਨ ਨੀ ਰੱਖਿਆ? ਗੱਲਬਾਤ ਹੋਰ ਲੋਕਾਂ ਦੇ ਨਾਲ ਕਰਦੇ ਆ। ਬਾਈ ਇਸ ਵਾਰ ਕਿਹਨੂੰ ਜਿਤਾ ਰਹੇ ਹੋ? ਫਿਰ ਕੌਣ ਜਿੱਤੇਗਾ? ਬੀਜੇਪੀ ਜਿੱਤੇਗੀ। ਬੀਜੇਪੀ ਜਿੱਤੇਗੀ? ਤੁਹਾਨੂੰ ਕੀ ਲੱਗਦਾ? ਬੀਜੇਪੀ ਹੈ ਜੀ, ਬੀਜੇਪੀ ਦੀ। ਬਿੱਟੂ ਜਿੱਤੇਗਾ ਦੁਬਾਰਾ? ਬਿੱਟੂ ਕਹਿਣਾ ਤਾਂ ਮੁਸ਼ਕਿਲ ਆ ਜੀ, ਹਜੇ ਕਹਿਣਾ ਮੁਸ਼ਕਿਲ ਹੀ ਆ। ਬਾਈ ਕੀ ਲੱਗਦਾ, ਕਹਿੰਦੀ ਹਵਾ ਕਹਿੰਦੀ ਲੱਗਦੀ ਹੈ? ਪੰਜਾਬ ਚ ਕਿੰਨੀਆਂ ਸੀਟਾਂ ਲੱਗਦੀਆਂ? ਕੁਛ ਨੀ ਪਤਾ, ਖਿਚੜੀ ਹੋਈ ਪਈ ਹੈ, ਕੁਛ ਨੀ ਪਤਾ। ਗੱਲਬਾਤ ਜਿਹੜੀ ਜਾਰੀ ਰੱਖਾਂਗੇ। ਬਾਈ ਕਿਵੇਂ ਠੀਕ ਹੋ? ਪੰਜਾਬ ਚ ਕਿਹਨੂੰ ਕਿਹਨੂੰ ਜਿਤਾ ਰਹੇ ਹੋ? ਪੰਜਾਬ ਚ ਕਿਹਨੂੰ ਕਿਹਨੂੰ ਜਿਤਾ ਰਹੇ ਹੋ? ਪੰਜਾਬ ਵਿੱਚ ਭਾਜੀ ਦੇਖੋ ਹੁਣ ਕੱਲ ਪਤਾ ਲੱਗੂਗਾ, ਮੇਨ ਤਾਂ ਹਲੇ ਨੀ। ਲੁਧਿਆਣੇ ਕੌਣ ਜਿੱਤ ਰਿਹਾ? ਲੁਧਿਆਣੇ ਪੱਪੀ ਪੱਪੀ ਆਮ ਆਦਮੀ ਪੱਪੀ ਪਰਾਸ਼ਰ। ਹਾਂਜੀ, ਪੱਪੀ ਜਿੱਜੇਗਾ ਬਾਈ? ਹਾਂਜੀ ਹਾਂਜੀ, ਬਿਲਕੁਲ ਜੀ, ਓਕੇ ਹੈ, ਪੱਪੀ ਪਰਾਸ਼ਰ ਲੁਧਿਆਣੇ ਜਿੱਜਣਗੇ। ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਵਾਰ ਲੁਧਿਆਣਾ ਦੇ ਲੋਕ ਕਿਸ ਨੂੰ ਜਿਤਾ ਰਹੇ ਆ, ਕੌਣ ਜਿੱਤ ਰਿਹਾ। ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਕਿ ਇਸ ਵਾਰ ਲੁਧਿਆਣਾ ਕੌਣ ਜਿੱਤ ਰਿਹਾ। ਬਾਈ ਲੁਧਿਆਣਾ ਇਸ ਵਾਰ ਕੌਣ ਜਿੱਤ ਰਿਹਾ? ਲੁਧਿਆਣਾ ਕੌਣ ਜਿੱਤ ਰਿਹਾ? ਪਤਾ ਨਹੀਂ ਭਾਜੀ, ਅਭੀ ਵੋਟਾਂ ਪਾਈਆਂ ਸੀ? ਨਹੀਂ ਭਾਜੀ, ਮੇਰੇ ਵੋਟਾਂ ਨਹੀਂ ਹੈ। ਵੋਟ ਨਹੀਂ ਭਾਜੀ? ਕੌਣ ਜਿੱਤ ਰਿਹਾ ਬਾਈ? ਹਾਂਜੀ, ਲੁਧਿਆਣਾ ਕੌਣ ਜਿੱਤ ਰਿਹਾ? ਕੋਈ ਗੈਸ ਹਵਾਲੇ ਕਰ ਨਹੀਂ ਸਕਦੇ, 4 ਤਰੀਕ ਨੂੰ ਆਪੇ ਰਿਜ਼ਲਟ ਆ ਜਾਊਗਾ। ਕੱਲ ਤੇ ਆ ਜਾਣੇ, ਫਿਰ ਹਵਾ ਕਿੰਦੀ ਲੱਗੀ? ਹਵਾ ਦਾ ਕਹਿ ਨਹੀਂ ਸਕਦੇ ਜੀ। ਦੇਸ਼ ਚ ਕੌਣ ਜਿੱਤ ਰਿਹਾ? ਦੇਸ਼ ਚ ਮੋਦੀ ਜਿੱਤ ਰਿਹਾ। ਦੇਸ਼ ਮੋਦੀ ਜਿੱਤ ਰਿਹਾ? ਦੇਸ਼ ਚ ਕੌਣ ਜਿੱਤ ਰਿਹਾ? ਮੋਦੀ ਮੋਦੀ। ਔਰ ਪੰਜਾਬ ਚ? ਪੰਜਾਬ ਅਜੇ ਪਤਾ ਨਹੀਂ। ਪੰਜਾਬ ਚ? ਪੰਜਾਬ ਚ ਨਹੀਂ ਗੈਸ ਕਰ ਸਕਦੇ, ਪੰਜਾਬ ਮੈਂ ਗੈਸ ਨਹੀਂ ਕਰ ਸਕਦੇ, ਪੰਜਾਬ ਚ ਗੈਸ ਨਹੀਂ ਕਰ ਸਕਦੇ। ਦੇਸ਼ ਦਾ ਗੈਸ ਮਾਰ ਰਹੇ ਨੇ, ਲੇਕਿਨ ਕਹਿ ਰਹੇ। ਬਾਈ ਕਿਵੇਂ ਠੀਕ ਹੋ? ਸਮਾਨ ਸਮੂਨ ਵਿਕ ਰਿਹਾ ਪੂਰਾ? ਕਿਹਨੂੰ ਜਿਤਾ ਰਹੇ ਲੁਧਿਆਣੇ? ਦੇਖੋ ਜਿਹੜਾ ਆਉਂਦਾ ਕੱਲ ਪਤਾ ਲੱਗ ਜਾਊਗਾ ਕਿਹੜਾ ਆਉਂਦਾ ਕਿਹੜਾ ਲੱਗ ਜਾਏਗਾ। ਇਸ ਵਾਰ ਹਵਾ ਕਹਿੰਦੀ ਰਹੀ ਹੈ? ਇਸ ਵਾਰ ਪੱਪੀ ਪਰਾਸ਼ਰ ਜੀ ਵੀ ਠੀਕ ਰਹੇ,
ਕਾਂਗਰਸ ਦੀ ਵੀ ਠੀਕ ਹੈ ਤੇ ਆਪਣੇ ਬਿੱਟੂ ਜੀ ਵੀ ਠੀਕ ਹੈ ਬੀਜੇਪੀ। ਪੰਜਾਬ ਚ ਕਹਿੰਦੀ ਆ ਰਹੀ ਹੈ, ਪੰਜਾਬ ਦਾ ਕਿਆ ਪਤਾ, ਤੁਹਾਨੂੰ ਤਾਂ ਖਾਲੀ ਲੁਧਿਆਣੇ ਦਾ ਪਤਾ ਹੈ। ਪੰਜਾਬ ਦੇਸ਼ ਕੌਣ ਆ ਰਿਹਾ? ਦੇਸ਼ ਚ ਮੋਦੀ ਰਹੂੰਗਾ। ਦੇਸ਼ ਮੋਦੀ ਆਏਗਾ? ਦੇਸ਼ ਕੌਣ ਆ ਰਿਹਾ? ਮੋਦੀ ਜੀ ਮੋਦੀ। ਦੇਸ਼ ਮੋਦੀ ਆਏਗਾ 100%। ਲੁਧਿਆਣੇ ਕੌਣ ਆਏਗਾ? ਦੇਖੋ ਅਜੇ ਕਹਿ ਨਹੀਂ ਸਕਦੇ, ਨਹੀਂ ਪਤਾ, ਕੱਲ ਪਤਾ ਲੱਗ ਜੂਗਾ, ਕੱਲ ਪਤਾ ਲੱਗ ਜੂਗਾ, ਪਤਾ ਲੱਗ ਜੂਗਾ। ਗੱਲਬਾਤ ਜਿਹੜੀ ਹੈ ਬਈ, ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਇਸ ਵਾਰ ਉਮੀਦ ਤਾਂ ਬੀਜੇਪੀ ਦੀ ਹੈ, ਇੱਥੋਂ ਲੁਧਿਆਣੇ ਤੋਂ ਤਾਂ ਬੀਜੇਪੀ ਜਿੱਤੇਗੀ। ਹਾਂਜੀ ਹਾਂਜੀ। ਔਰ ਦੇਸ਼? ਦੇਸ਼ ਚ ਵੀ ਸੇਮ ਮੋਦੀ ਸਰਕਾਰ ਹੀ ਆਏਗੀ। ਮੋਦੀ? ਬਿਲਕੁਲ ਬਿਲਕੁਲ ਜੀ, ਪੱਕਾ, ਬਿਲਕੁਲ ਪੱਕੀ ਗੱਲ, 100% ਸ਼ੋਰ, 100% ਸ਼ੋਰ। ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਕਿ ਇਸ ਵਾਰ ਕੌਣ ਬਾਜੀ ਮਾਰੇਗਾ ਲੁਧਿਆਣੇ ਦੇ ਵਿੱਚ, ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ, ਕਿਉਂਕਿ ਲੁਧਿਆਣਾ ਪੁਰਾਣੇ ਲੁਧਿਆਣੇ ਦੇ ਵਿੱਚ ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਿਹਨੂੰ ਜਿਤਾ ਰਹੇ ਹੋ ਇਸ ਵਾਰ, ਕੌਣ ਜਿੱਤ ਰਿਹਾ ਵੈ। ਤਾਂ ਇੱਥੇ ਵੱਖ ਵੱਖ ਦੁਕਾਨਦਾਰਾਂ ਨਾਲ ਗੱਲ, ਬਾਈ ਕਿਵੇਂ, ਠੀਕ ਹੋ, ਕੀ ਹਾਲ ਹੈ, ਵਿਕ ਰਿਹਾ ਸਮਾਨ? ਲੁਧਿਆਣੇ ਕਹਿੰਦੀ ਹਵਾ ਰਹੀ ਹੈ, ਕੀ ਕਹਿ ਸਕਦੇ ਭਾਈ, ਕੌਣ ਜਿੱਤੇਗਾ? ਕੁਛ ਵੀ ਨਹੀਂ ਕਹਿ ਸਕਦੇ, ਕੋਈ ਨਹੀਂ ਕਹਿ ਸਕਦਾ। ਦੇਸ਼ ਚ ਕੌਣ ਜਿੱਤੇਗਾ? ਦੇਸ਼ ਚ ਕੀ ਹੈ, ਜੋ ਵੀ ਆਵੇ ਬੰਦਾ ਸਹੀ ਹੈ, ਚੰਗਾ ਹੀ ਆਵੇ। ਬਾਈ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ ਲੁਧਿਆਣੇ, ਕੌਣ ਜਿੱਤੇਗਾ? ਇਸ ਵਾਰ ਆਪਣੇ ਬਿੱਟੂ ਦੇ ਹੈ ਨਹੀਂ ਚਾਂਸ, ਬਿੱਟੂ ਦੇ। ਹਾਂਜੀ। ਔਰ ਪੰਜਾਬ ਚ ਬਾਕੀ ਸੀਟਾਂ? ਬਾਕੀ ਸੀਟਾਂ ਹੁਣ ਕੀ ਕਹਿ ਸਕਦੇ ਹਾਂ। ਦੇਸ਼ ਕੌਣ ਆ ਰਿਹਾ ਹੈ ਨੀ? ਦੇਸ਼ ਚ ਕੌਣ ਜਿੱਤ ਰਿਹਾ? ਰੇਸ ਹੀ ਤਾਂ ਇਹੀ ਹੈ, ਰਫਤਾਰ ਤਾਂ ਫਿਲਹਾਲ ਬਿੱਟੂ ਹੀ ਲੱਗ ਰਿਹਾ ਜੀ, ਬਿੱਟੂ ਲੱਗ ਰਿਹਾ। ਹਾਂਜੀ। ਨਹੀਂ, ਪ੍ਰਧਾਨ ਮੰਤਰੀ ਕੌਣ ਬਣੇ? ਪ੍ਰਧਾਨ ਮੰਤਰੀ ਮੋਦੀ ਹੈ ਜੀ। ਮੋਦੀ? ਹਾਂ ਜੀ ਹਾਂ, ਜਿੱਤੇਗਾ ਤਾਂ? ਹਾਂਜੀ ਹਾਂ, ਜਿੱਤਣੇ ਹੈ ਚਾਂਸ ਬਹੁਤ। ਚਲੋ ਗੱਲਬਾਤ ਜਾਰੀ ਰੱਖਾਂਗੇ ਕਿ ਇਸ ਵਾਰ ਬਾਈ ਕਿਵੇਂ, ਠੀਕ ਹੋ, ਵੋਟ ਪਾਈ ਸੀ? ਸਾਡੀ ਇੱਥੇ ਵੋਟ ਨਹੀਂ, ਵੋਟ ਨਹੀਂ ਹੈਗੀ ਕਿੱਥੇ, ਨਹੀਂ ਸਾਡੀ ਉੱਥੇ ਯੂਪੀ ਚ, ਯੂਪੀ ਚ। ਬਾਈ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਕੌਣ ਜਿੱਤੇਗਾ? ਬਿੱਟੂ ਜਿੱਤਣਾ ਜੀ, ਬਿੱਟੂ ਜਿੱਤਣਾ ਤਾਂ ਬਿੱਟੂ ਜਿੱਤੇਗਾ। ਔਰ ਦੇਸ਼? ਕੋਈ ਮੋਦੀ ਸਾਹਿਬ, ਮੋਦੀ ਸਾਹਿਬ ਵਾਪਸ ਆਉਣਗੇ 100%, 100%। ਠੀਕ ਹੈ, ਗੱਲਬਾਤ ਜਿਹੜੀ, ਬਾਈ ਕੀ ਲੱਗਦਾ? ਹਾਂਜੀ, ਕੌਣ ਜਿੱਤ ਰਿਹਾ? ਪਤਾ ਨਹੀਂ ਭਾਜੀ, ਕੌਣ ਜਿੱਤੂਗਾ ਬਾਅਦ ਚ ਪਤਾ ਚੱਲੂਗਾ। ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਕਿ ਇਸ ਵਾਰ ਦਾ ਮੂਡ ਲੁਧਿਆਣੇ ਦੇ ਲੋਕਾਂ ਦਾ ਕੀ ਰਿਹਾ, ਕਿਸ ਨੂੰ ਜਿਤਾ ਰਹੇ ਹੋ ਬਾਈ, ਕਿਹਨੂੰ ਜਿਤਾ ਰਹੇ ਹੋ ਇਸ ਵਾਰ? ਇਸ ਟਾਈਮ ਬੀਜੇਪੀ ਜਾ ਰਹੀ ਹੈ ਜੀ, ਬੀਜੇਪੀ ਜਿੱਤੇਗੀ, ਬੀਜੇਪੀ ਜਿੱਤੇਗੀ ਜੀ, ਹੈ ਬੀਜੇਪੀ। ਔਰ ਦੇਸ਼ ਕੌਣ ਜਿੱਤੇਗਾ? ਹਾਂਜੀ, ਦੇਸ਼ ਕੌਣ ਆ ਰਿਹਾ ਵਾਪਸ? ਦੇਸ਼ ਚ ਬੀਜੇਪੀ ਆ ਰਹੀ ਹੈ ਜੀ। ਲੁਧਿਆਣੇ? ਲੁਧਿਆਣਾ ਤਾਂ ਮਿਕਸ ਹੈ ਜੀ, ਕੱਲ ਪਤਾ ਲੱਗ ਜਾਣਾ ਸਾਰਾ। ਕੀ ਲੱਗਦਾ? ਦੁਨੀਆਂ ਨੂੰ ਪਤਾ ਲੱਗਦਾ ਕਿਆ, ਉਹ ਤਾਂ ਬਣ ਗਿਆ, ਕੌਣ ਲੱਗ ਹੀ ਰਿਹਾ ਹੈ ਕਿਆ। ਲੁਧਿਆਣਾ ਮੈਂ ਕੌਣ ਲੱਗੇਗਾ? ਲੁਧਿਆਣਾ ਮੈਂ ਭਾਜਪਾ ਆਈ, ਭਾਜਪਾ ਆਈ। ਲੁਧਿਆਣਾ ਚ ਕੀ ਲੱਗ ਰਿਹਾ? ਹਾਂਜੀ, ਪਾਣੀ ਪੂਣੀ ਪੀਣਾ ਠੰਡਾ ਤੁਸੀਂ? ਬਸ ਜੀ ਬਸ, ਪਾਣੀ ਲੱਸੀ ਠੰਡੇ। ਸ਼ੁਕਰੀਆ ਬਾਈ। ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਝਾੜੂ ਵਾਲਾ ਪੱਕਾ ਜੀ, ਝਾੜੂ ਵਾਲਾ ਪੱਕਾ, ਹਾਂਜੀ ਪੱਕਾ ਜੀ। ਔਰ ਦੇਸ਼ ਹੈ? ਦੇਸ਼ ਵਿੱਚ? ਦੇਸ਼ ਵਿੱਚ ਬੀਜੇਪੀ ਜਾਏਗੀ, ਦੇਸ਼ ਕਿੱਥੋਂ ਝਾੜੂ ਵਾਲਾ? ਇੱਥੇ ਪੱਕਾ ਝਾੜੂ ਵਾਲਾ, ਪੱਕਾ ਇੱਕਦਮ। ਚਲੋ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ, ਕਿਵੇਂ, ਠੀਕ ਹੋ? ਇਸ ਵਾਰ ਕੀ ਲੱਗਦਾ ਕੌਣ ਜਿੱਤੇਗਾ ਲੁਧਿਆਣੇ? ਹਾਂਜੀ, ਲੁਧਿਆਣੇ ਚ ਆਮ ਆਦਮੀ ਪਾਰਟੀ ਦਾ ਜ਼ੋਰ ਆਊਗਾ। ਆਮ ਆਦਮੀ ਪਾਰਟੀ ਜਿੱਤੇਗੀ? ਹਾਂਜੀ ਹਾਂਜੀ। ਔਰ ਦੇਸ਼ ਚ ਕੌਣ ਜਿੱਤੇਗਾ? ਕਿਉਂਕਿ ਹੋ ਗਈ ਨਾ ਇੱਕਜੁੱਟ, ਹੋ ਗਈ ਕਾਂਗਰਸ ਤੇ ਆਮ ਆਦਮੀ ਪਾਰਟੀ। ਔਰ ਦੇਸ਼ ਚ ਕੌਣ ਜਿੱਤੇਗਾ? ਹਾਂਜੀ, ਦੇਸ਼ ਚ ਸੈਂਟਰ ਚ ਕਾਂਗਰਸ ਆਊਗੀ, ਕਾਂਗਰਸ ਆਏਗੀ। ਹਾਂਜੀ ਸਰ, ਠੀਕ ਹੈ। ਤੁਹਾਨੂੰ ਕੀ ਲੱਗਦਾ ਬਾਈ ਕੌਣ ਜਿੱਤੇਗਾ ਇਸ ਵਾਰ? ਮੁਲਾਜ਼ਮ ਜੀ। ਮੁਲਾਜ਼ਮ? ਚਲੋ ਗੱਲਬਾਤ ਕਹਿੰਦੇ ਮੁਲਾਜ਼ਮ। ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਹਾਂਜੀ, ਇਸ ਵਾਰ ਲੁਧਿਆਣੇ ਕੌਣ ਜਿੱਤ ਰਿਹਾ? ਹਾਂ, ਬੀਜੇਪੀ ਕਾਂਗਰਸ ਆਪ, ਝਾੜੂ ਵਾਲਾ, ਝਾੜੂ ਵਾਲਾ, ਝਾੜੂ ਵਾਲਾ ਜਿੱਤੇਗਾ। ਔਰ ਦੇਸ਼ ਚ ਕਹਿੰਦੀ ਸਰਕਾਰ ਬਣ ਰਹੀ? ਸਰਕਾਰ ਦੇਸ਼ ਵਿੱਚ ਉਹਦੀ ਬਣੂਗੀ ਕਹਿੰਦੀ, ਪਰ ਪ੍ਰਧਾਨ ਮੰਤਰੀ ਹੈਗਾ ਕੌਣ, ਜਿਹੜੇ ਹੁਣ ਹੈਗੇ, ਜਿਹੜੇ ਹੁਣ ਹਾਂ ਮੋਦੀ ਸਾਹਿਬ, ਮੋਦੀ ਮੋਦੀ ਸਾਹਿਬ ਦੁਬਾਰਾ ਆ ਜਾਣਗੇ ਮੋਦੀ ਸਾਹਿਬ। ਬਾਈ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਉੱਪਰ ਸਰਕਾਰ ਤਾਂ ਮੋਦੀ ਹੈ ਜੀ। ਔਰ ਨੀਚੇ ਲੁਧਿਆਣੇ? ਲੁਧਿਆਣੇ ਆਮ ਤੇ ਉਹਦਾ ਚਾਂਸ ਆ ਜ਼ਿਆਦਾ ਜੀ, ਆਪਣਾ ਰਾਜਾ ਬਿਲਡਿੰਗ, ਆਮ ਤੇ ਬਿਲਡਿੰਗ ਦਾ ਚਾਂਸ ਹੈ। ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਕਿ ਇਸ ਵਾਰ ਲੁਧਿਆਣਾ ਕੌਣ ਜਿੱਤ ਰਿਹਾ, ਔਰ
ਬਾਈ ਕਿਹਨੂੰ ਜਿਤਾ ਰਹੇ ਹੋ ਲੁਧਿਆਣੇ? ਲੁਧਿਆਣੇ ਕਿਹਨੂੰ ਜਿਤਾ ਰਹੇ ਹੋ? ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਕਿ ਇਸ ਵਾਰ ਲੁਧਿਆਣੇ ਦੇ ਵਿੱਚ ਬਾਜੀ ਕੌਣ ਮਾਰੇਗਾ, ਔਰ ਪੁਰਾਣਾ ਲੁਧਿਆਣਾ ਜਿਹੜਾ ਵਾ ਉੱਥੇ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕਰ ਰਹੇ ਹਾਂ ਕਿ ਇਸ ਵਾਰ ਕੌਣ ਜਿੱਤੇਗਾ, ਕਿਸ ਦੀ ਬਾਈ ਕਿਵੇਂ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਇਸ ਵਾਰ ਕੀ ਲੱਗਦਾ ਲੁਧਿਆਣੇ ਕੌਣ ਜਿੱਤ ਰਿਹਾ? ਲੁਧਿਆਣੇ ਕੌਣ ਜਿੱਤ ਰਿਹਾ? ਬੀਜੇਪੀ ਜਿੱਤੇਗੀ। ਬੀਜੇਪੀ ਔਰ ਦੇਸ਼ ਕੌਣ ਜਿੱਤੇਗਾ? ਲੁਧਿਆਣੇ ਵੀ ਬੀਜੇਪੀ। ਪੱਕੀ ਗੱਲ ਹੈ? ਪੱਕੀ ਗੱਲ ਹੈ, ਪੱਕੀ ਹੈ ਜੀ, ਪੱਕੀ ਗੱਲ। ਕੌਣ ਜਿੱਤੇਗਾ ਬਾਈ ਲੁਧਿਆਣੇ? ਲੁਧਿਆਣੇ ਰਾਜਾ ਜੀ। ਰਾਜਾ? ਰਾਜਾ ਦੇਸ਼ ਵਿੱਚ ਰਾਹੁਲ ਗਾਂਧੀ ਜੀ। ਕੀ ਕੌਣ ਜਿੱਤੇਗਾ? ਰਾਹੁਲ ਗਾਂਧੀ ਆਏਗਾ। ਰਾਹੁਲ ਗਾਂਧੀ ਆਏਗਾ ਬਾਈ। ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਆਮ ਆਦਮੀ ਪਾਰਟੀ ਜੀ। ਆਮ ਆਦਮੀ ਪਾਰਟੀ, ਹਾਂਜੀ। ਔਰ ਦੇਸ਼ ਚ ਕਿੰਨੀ ਸਰਕਾਰ ਆ ਰਹੀ ਹੈ? ਰਾਹੁਲ ਗਾਂਧੀ ਦੀ ਆ ਰਹੀ ਹੈ। ਰਾਹੁਲ ਗਾਂਧੀ ਦੀ ਆ ਰਹੀ ਹੈ, ਹਾਂਜੀ ਸਰ। ਬਾਈ ਕੀ ਲੱਗਦਾ ਕੌਣ ਜਿੱਤੇਗਾ? ਕਾਂਗਰਸ ਦਾ ਚੱਲ ਰਿਹਾ। ਕਾਂਗਰਸ ਲੱਗ ਰਿਹਾ। ਕੌਣ ਲੱਗ ਰਿਹਾ ਕੌਣ ਜਿੱਤੇਗਾ? ਕਾਂਗਰਸ। ਕਾਂਗਰਸ, ਹਾਂ। ਔਰ ਦੇਸ਼ ਵਿੱਚ? ਹਾਂਜੀ, ਦੇਸ਼ ਵਿੱਚ ਤਾਂ ਮੋਦੀ ਦੀ ਸਰਕਾਰ ਹੀ ਬਣੂਗੀ। ਮੋਦੀ ਦੀ, ਹਾਂ। ਦੇਸ਼ ਚ ਕਿੰਨੀ ਸਰਕਾਰ? ਦੇਸ਼ ਚ ਮੋਦੀ ਬਣੇਗਾ, ਹਾਂ। ਬਾਈ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਕਾਂਗਰਸ ਪਾਰਟੀ। ਕਾਂਗਰਸ ਪਾਰਟੀ, ਰਾਜਾ ਬਣੇਗਾ। ਔਰ ਦੇਸ਼ ਵਿੱਚ? ਦੇਸ਼ ਵਿੱਚ ਰਾਜਾ ਬਣੇਗਾ। ਰਾਹੁਲ ਗਾਂਧੀ ਦੇਸ਼ ਚ? ਰਾਹੁਲ ਗਾਂਧੀ ਆਊਗਾ, 100% ਆਊਗਾ। ਰਾਜਾ ਬਣੇਗਾ? ਰਾਜਾ ਬਣੇਗਾ। ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਕਿ ਇਸ ਵਾਰ ਕਿਸ ਦੀ ਸਰਕਾਰ ਬਣ ਰਹੀ ਹੈ ਔਰ ਲੁਧਿਆਣੇ ਤੋਂ ਕੌਣ ਜਿੱਤ ਰਿਹਾ। ਇੱਥੇ ਵੀ ਗੱਲਬਾਤ ਜਿਹੜੀ ਕਰਦੇ ਹਾਂ ਬਾਈ, ਕੀ ਹਾਲ ਹੈ? ਠੀਕ ਹੋ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਲੱਗਦਾ ਲੁਧਿਆਣੇ ਕੌਣ ਜਿੱਤੇਗਾ? ਮੈਂ ਤੇ ਇਸ ਵੇਲੇ ਮੈਂ ਤਰਨ ਤਾਰਨ ਸ਼ਹਿਰ ਤੋਂ ਆਇਆ ਤੇ ਇਹਨਾਂ ਨੂੰ ਦੁਕਾਨਦਾਰਾਂ ਨੂੰ ਮਿਲਣੀ ਆਇਆ। ਉੱਥੇ ਕੌਣ ਜਿੱਤੇਗਾ ਤਰਨ ਤਾਰਨ? ਤਰਨ ਤਾਰਨ ਦੇ ਵਿੱਚ ਵੇਖੋ ਜੀ, ਮੁਕਾਬਲਾ ਜਿਹੜਾ ਹੈਗਾ ਉਹ ਅੰਮ੍ਰਿਤਪਾਲ ਦਾ ਹੈ ਤੇ ਦੂਜੇ ਪਾਸੇ ਜੀਰਾ ਜੀ ਦਾ। ਪ੍ਰਦੇਸ਼ ਕਿੰਨੀ ਸਰਕਾਰ ਆ ਰਹੀ? ਇਹਦੇ ਬਾਰੇ ਤੇ ਕੱਲ ਕਲੀਅਰ ਹੋ ਜਾਏਗਾ ਜੀ 12 ਵਜੇ। ਬਾਈ ਕੀ ਲੱਗਦਾ? ਹਾਂਜੀ, ਲੁਧਿਆਣੇ ਕੌਣ ਜਿੱਤ ਰਹੇ? ਲੁਧਿਆਣੇ ਦੇਖੋ ਜ਼ੋਰ ਤਾਂ ਪੂਰਾ ਜੀ, ਦੋ ਬੰਦਿਆਂ ਚ ਬੜੇਦਾ। ਕਹਿੰਦਾ ਕਹਿੰਦਾ ਇੱਕ ਤਾਂ ਬੜਿੰਗਾ, ਦੂਜਾ ਰਾਜਾ ਬੜਿੰਗਾ, ਤਾਂ ਦੂਜਾ ਆਪਣਾ ਬਿੱਟੂ ਆ ਨਵਨੀਤ ਸਿੰਘ ਵਿੱਚ। ਕਹਿੰਦਾ ਪਲੜਾ ਕਹਿੰਦਾ ਭਾਰੀ ਰਿਹਾ, ਬਰਾਬਰ ਹੀ ਟੱਕਰ ਆਈ ਦੇਖੋ। ਹਾਂ, ਟੱਕਰ ਲੱਗਦਾ ਬਾਈ ਕਿਵੇਂ? ਠੀਕ ਹੋ? ਵਿਕ ਰਿਹਾ ਸਮਾਨ? ਹਾਂਜੀ, ਇਸ ਵਾਰ ਕਿਹਨੂੰ ਜਿਤਾ ਰਹੇ ਹੋ ਲੁਧਿਆਣੇ ਤੋਂ? ਕਾਂਗਰਸ। ਰਾਜਾ ਵੜਿੰਗ? ਦੇਸ਼ ਵਿੱਚ? ਦੇਸ਼ ਵਿੱਚ? ਦੇਸ਼ ਵਿੱਚ ਅਜੇ ਇਹਦੇ ਬਾਰੇ ਨਹੀਂ ਗੱਲ, ਕਿਉਂਕਿ ਕਾਂਗਰਸ ਕੋਲ ਕੋਈ ਹੈ ਨਹੀਂ ਹੈ ਪਲਾਨ। ਵਿਕਾਸ ਉਹਦਾ ਵਾ। ਹਾਂਜੀ ਹਾਂਜੀ, ਲੁਧਿਆਣੇ? ਲੁਧਿਆਣੇ ਦਾ ਰਾਜ ਬਣੇਗਾ। ਰਾਜਾ ਰਾਜਾ ਬਣੇਗਾ। ਲੁਧਿਆਣੇ ਕੌਣ ਆ ਰਿਹਾ, ਦੇਸ਼ ਕੌਣ ਆ ਰਿਹਾ, ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਕਿ ਬਈ ਇਸ ਵਾਰ ਕੌਣ ਬਾਜੀ ਮਾਰੇਗਾ। ਹਾਂਜੀ, ਲੁਧਿਆਣੇ ਕੌਣ ਜਿੱਤੇਗਾ? ਲੁਧਿਆਣਾ ਜੀ ਜਿੱਤਣਾ ਵਾਲਾ, ਪੰਜਾ 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 ਲੈ ਜਾਏਗਾ। ਠੀਕ ਹੈ, ਗੱਲਬਾਤ ਜਿਹੜੀ ਆ ਹੋਰ ਲੋਕਾਂ ਦੇ ਨਾਲ ਕਰਦੇ ਹਾਂ ਕਿ ਇਸ ਵਾਰ ਕੌਣ ਜਿੱਤ ਰਿਹਾ ਵੈ, ਬਾਜੀ ਕੌਣ ਮਾਰੇਗਾ। ਬਾਈ ਇਸ ਵਾਰ ਕੀ ਲੱਗਦਾ ਕੌਣ ਜਿੱਤੇਗਾ? ਸਰ ਕੁਛ ਵੀ ਹੋ ਸਕਦਾ, ਬਿੱਟੂ ਵੜਿੰਗ ਜਾਂ ਕੋਈ ਹੋਰ। ਰਾਜਾ ਵੜਿੰਗ। ਦੇਸ਼ ਚ ਕੌਣ ਆ ਰਿਹਾ? ਦੇਸ਼ ਤਾਂ ਮੋਦੀ ਨਾਂ ਚੰਗੀ ਗੱਲ ਹੀ ਹੈ, ਮੋਦੀ ਨਾਂ ਚੰਗੀ ਗੱਲ ਹੀ ਹੈ, ਮੋਦੀ ਨਾਂ। ਕੀ ਲੱਗਦਾ ਬਾਈ ਕੌਣ ਜਿੱਤੇਗਾ ਇਸ ਵਾਰ? ਕਾਂਗਰਸ। ਕਾਂਗਰਸ ਕਾਂਗਰਸ ਇਹ ਵੱਖੋ ਵੱਖ ਹੈ, ਤੁਸੀਂ ਤੁਹਾਨੂੰ ਦੱਸਦੇ ਹਾਂ ਗੱਲਬਾਤ ਜਿਹੜੀ ਹੋਰ ਲੋਕਾਂ ਦੇ ਨਾਲ ਕਰਦੇ ਹਾਂ ਕਿ ਇਸ ਵਾਰ ਬਾਈ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਹਾਂਜੀ, ਲੁਧਿਆਣੇ ਕੌਣ ਜਿੱਤੇਗਾ? ਬਾਈ ਸਾਹਿਬ ਤੋਂ ਬਾਤ ਚਲੋ, ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਕਹਿੰਦੇ ਕਿ ਅੱਗੇ ਪੁੱਛ ਲਓ, ਮੈਨੂੰ ਨਹੀਂ ਪਤਾ। ਬਾਈ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਰਾਜਾ ਵੜਿੰਗ। ਰਾਜਾ ਵੜਿੰਗ ਲੈ ਜਾਏਗਾ ਸੀਟ।
ਔਰ ਦੇਸ਼ ਚ ਮੋਦੀ ਤਾਂ ਇਹ ਲੁਧਿਆਣੇ ਦੀ ਗੱਲਬਾਤ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾਈ ਪੁਰਾਣਾ ਲੁਧਿਆਣਾ ਜਿਹਨੂੰ ਲੁਧਿਆਣਾ ਸੈਂਟਰ ਵੀ ਕਹਿੰਦੇ ਨੇ ਇੱਥੇ ਕੌਣ ਬਾਜੀ ਮਾਰੇਗਾ ਕੌਣ ਜਿੱਤ ਰਿਹਾ ਵਾ ਕਿਸ ਨੂੰ ਜਿਤਾ ਰਹੇ ਨੇ ਉਹ ਜਾਣਨ ਦੀ ਕੋਸ਼ਿਸ਼ ਕੀਤੀ ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਪੰਕਜ ਪਾਈ ਨਿਊਜ਼ 18 ਲੁਧਿਆਣਾ।